स्वागत है किसान वीरों तुहाडा सिद्धक डेयरी फार्मिंग दे विच। किसान वीरों अज जिहड़ी वीडियो बना रहे हैं पिंड चड़िक चड़िक पिंड मोगे जिले का नेड़े दे बागा पुराना भी रह जांदा काले के पिंड घोलिया कला इहदे नेड़ है। जिहड़े घर चों वीडियो बना रहे दसो भाई व्यापार का काम करदा ते वच्छियां वैड़ां जिहड़ियां खरीद के लिआउंदा। अज की वीडियो पांच नाग तुहानू दिखाऊंगा, तुसीं वीडियो नू एंड तक देखियो। बेनती है शुरू जी, जिहड़ा पशु तुहानू पसंद आउंदा तुसीं समझना भी उहदे चों की कमा लोगे, उहदे ते सेवा करके तुहानू खरीदण च फायदा है जां नहीं है वह चीज़ां तुसीं समझनियां होंदियां, पशु नू आके देखना वह भी तुसीं हुंदा। तो साडा काम आ तुहानू वीडियो चों अलग अलग एरिए चों पशु दिखाउण दा। अज की वीडियो पांच नाग है, डिटेल च गलबात कर लांगे। आओ शुरुआत करते हैं अपना कुछ वैड़ा दो जिहड़ियां इधर, एक जर्सी ते एक एचएफ, ये दोनों गब्बन है, इन्हां तों वीडियो की शुरुआत करते हैं। ਬਈ ਸਤਿ ਸ਼੍ਰੀ ਅਕਾਲ। ਨਾਮ ਦੱਸ ਦੀ ਬਾਈ? ਨਾਮ ਗੁਰਜੀਤ ਸਿੰਘ, ਪਿੰਡ ਚੜੈਕ ਜ਼ਿਲ੍ਹਾ ਮੋਗਾ। ਠੀਕ ਹੈ ਗੁਰਜੀਤ ਬਾਈ, ਪਹਿਲੇ ਨੰਬਰ ਤੇ ਜਿਹੜੀ ਜਰਸੀ ਹੈ ਕਿੰਨਵਾਂ ਸੂਆ ਸੂਗੀ? ਇਹ ਦੂਜੇ ਸੂਏ ਵਾਸਤੇ ਆ। ਕਿੰਨੇ ਚਿਰ ਦੀ ਗੱਬਣ? ਇਹ 4 ਮਹੀਨੇ ਦੀ ਗੱਬਣ ਹੈ। ਦੁੱਧੋਂ ਡਰਾਈ ਹੈ? ਹਾਂਜੀ ਦੁੱਧੋਂ ਡਰਾਈ ਆ। ਠੀਕ ਹੈ, ਕੀ ਰੇਟ ਕਰਦੇ ਹੋ ਦਾ? ਇਹਦਾ ਜੀ 27,000। ਖੋਲੀਨ ਸੋ ਦੱਸੋ ਬਾਈ, ਕਹਿੰਦਾ ਵੀ ਦੂਜਾ ਸੂਆ ਸੂਗੀ ਤੇ 4 ਮਹੀਨਿਆਂ ਦੀ ਗੱਬਣ ਹੈ, 27,000 ਰੇਟ ਹੈ, ਦੁੱਧੋਂ ਡਰਾਈ ਹੈ, ਜਾਂ ਤਾਂ ਲੇਟ ਗੱਬਣ ਹੋਈ ਹੋਣੀ ਹੈ, ਬਾਕੀ ਤੁਸੀਂ ਆ ਕੇ ਦੇਖ ਲਓ ਜੀ। 27,000 ਰੇਟ, 4 ਮਹੀਨਿਆਂ ਦੀ ਗੱਬਣ, ਚੈੱਕ ਪਾਸ ਆ, ਤੁਸੀਂ ਕਰਵਾ ਸਕਦੇ ਹੋ। ਢਾਂਚਾ ਇਹਦਾ ਤੁਸੀਂ ਵੀਡੀਓ 'ਚੋਂ ਦੇਖ ਲਓ। ਇੱਕ ਬੇਨਤੀ ਹੈ ਵੀ ਗੱਬਣ ਇੱਥੇ ਹੀ ਚੈੱਕ ਕਰਵਾ ਕੇ ਲਿਜਾਇਓ, ਕਿਉਂਕਿ ਗੱਬਣ ਪਸ਼ੂ ਆ, ਗਰਮੀ ਦੀ ਰੁੱਤ ਹੈ, ਪਹਿਲਾਂ ਹੀ ਚੈੱਕ ਕਰਾਇਆ ਹੋਵੇ ਤਾਂ ਆਪਦੇ ਮਨ ਨੂੰ ਵਿਸ਼ਵਾਸ ਰਹਿੰਦਾ, ਨਹੀਂ ਕਈ ਵਾਰਾਂ ਕੁਛ ਥਾਵਾਂ 'ਤੇ ਲਾਂਭੇ ਵਾਲੀ ਗੱਲ ਬਣ ਜਾਂਦੀ ਹੈ। ਸੋ ਚੈੱਕ ਪਾਸ ਕਰਾ ਕੇ ਲੈ ਕੇ ਜਾਇਓ। ਦੂਜਾ ਸੂਆ ਸੂਗੀ, ਦੁੱਧੋਂ ਡਰਾਈ ਹੈ ਇਸ ਟਾਈਮ 'ਤੇ, ਇਹਨੇ ਦੂਜੇ ਸੂਏ ਸੋਣਾ, 4 ਮਹੀਨਿਆਂ ਦੀ ਗੱਬਣ। ਇੱਕ ਹੋਰ ਐਚ ਐਫ 'ਚ ਪੈਂਦੀ ਗਾਂ ਜਿਹੜੀ ਵੱਛੀ ਜਿਹੜੀ ਉਹ ਗੱਬਣ ਹੈ, ਇਹ ਤਾਂ ਪਹਿਲੇ ਨਹੀਂ ਸੂਗੀ ਮੇਰੇ। ਹਾਂਜੀ ਇਹ ਪਹਿਲੇ ਸੂਏ ਦਾ 4 ਦੰਦ ਹੈ। 4 ਦੰਦ, ਕਿੰਨੇ ਚਿਰ ਦੀ ਗੱਬਣ ਹੈ? ਇਹ 3 ਮਹੀਨੇ ਦੇ ਲੱਗ ਚੈੱਕ ਪਾਸ ਹੋ ਗਈ ਹੈ। ਹਾਂਜੀ ਕਰਵਾ ਸਕਦਾ ਜੀ? ਹਾਂਜੀ ਕਰਵਾ ਕੇ। ਕੀ ਰੇਟ ਕਰ ਦਿਓ ਇਹਦਾ? 26,000 ਤੋਰੀ। 26,000 ਰੇਟ ਹੈ, ਗੱਬਣ ਚੈੱਕ ਪਾਸ ਕਰਵਾ ਕੇ ਲੈ ਕੇ ਜਾਇਓ। 3 ਮਹੀਨਿਆਂ ਦੇ ਲਗਭਗ ਇਹ ਗੱਬਣ ਵੀਰ ਦੱਸ ਰਿਹਾ, 4 ਦੰਦ ਆ ਮੂੰਹ 'ਚੋਂ। 26,000 ਰੇਟ ਹੈ। ਢਾਂਚਾ ਤੁਸੀਂ ਦੇਖ ਲਓ, ਪੂਛ ਇਹਦੀ ਹੇਠੋਂ ਜਾਂ ਤਾਂ ਟੁੱਟੀ ਹੈ ਅਤੇ ਜਾਂ ਵੈਸੇ ਇਹਦੇ ਵਾਲ ਝੜੇ ਆ, ਸਿੱਧੀ ਪੂਛ ਜਿਹੜੀ ਉਹ ਡੰਡੀ ਜਿਹੀ ਦਿਸਦੀ ਉਹ ਤੁਸੀਂ ਦੇਖ ਹੀ ਰਹੇ। ਸੋ ਇਹ 4 ਦੰਦ ਵੱਛੀ ਦੋਸਤੋ। ਇੱਕ ਇਸ ਸਾਰੇ ਗਰੁੱਪ 'ਚੋਂ ਬਹੁਤ ਸੋਹਣੀ ਵੱਛੀ, ਜਿਹੜੀ ਬਰੀਡ ਵਾਈਜ਼ ਵੀ ਚੰਗੀ ਅਤੇ ਢਾਂਚੇ ਵਾਈਜ਼ ਵੀ ਸੋਹਣੀ ਹੈ, ਉਹਦੀ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਹਾਂ। ਜਿਹੜੀ 3 ਨੰਬਰ 'ਤੇ ਗੁਰਜੀਤ ਵੱਛੀ ਹੈ, ਦੰਦੋਂ ਕਿਵੇਂ ਬਈ? ਇਹ ਦੰਦੋਂ ਖੀਰੀ ਹੈ ਜੀ। ਰੇਟ ਇਹਦਾ ਕੀ ਰੱਖਦੇ? ਇਹਦਾ 20,000 ਜੀ। ਖੋਲੀ ਨੂੰ ਸੋ ਦੱਸੋ, 20,000 ਰੇਟ ਹੈ ਅਤੇ ਦੰਦੋਂ ਖੀਰੀ ਹੈ, ਬਹੁਤ ਸੋਹਣੇ ਢਾਂਚੇ ਦੀ ਹੈ। ਜਦੋਂ ਤੁਰੂਗੀ ਉਦੋਂ ਵੱਛੀ ਤੁਸੀਂ ਦੇਖੋਗੇ, ਰੰਗ ਰੂਪ ਵੀ ਤੁਹਾਨੂੰ ਪਸੰਦ ਆਉਣਾ, ਬਰੀਡ ਵਾਈਜ਼ ਵੀ ਸੋਹਣੀ ਹੈ ਦੋਸਤੋ, ਅਤੇ ਸਟਰਕਚਰ ਵੀ ਇਹਦਾ ਸੋਹਣਾ ਦਿਸਦਾ, ਦੇਖ ਸਕਦੇ ਹੋ ਕੱਦ ਕਾਠ। ਬਾਕੀ ਆ ਕੇ ਜ਼ਰੂਰ ਦੇਖੋ, ਪਰ ਇਹ ਵੱਛੀ ਬਹੁਤ ਸੋਹਣੀ ਹੈ, 20,000 ਇਹਦਾ ਰੇਟ ਹੈ। ਸੋ ਦੰਦੋਂ ਇਹ ਖੀਰੀ ਹੈ। ਉਮਰ ਇਸ ਕਰਕੇ ਨਹੀਂ ਪੁੱਛੀ ਦੀ ਕਿਉਂਕਿ ਉਮਰ ਇਹ ਖਰੀਦੇ ਹੋਏ ਪਸ਼ੂ ਹੁੰਦੇ ਆ ਦੋਸਤੋ, ਇਹਨਾਂ ਦਾ ਮਹੀਨਿਆਂ ਦੇ ਹਿਸਾਬ 'ਤੇ ਜੱਜਮੈਂਟ ਕਰਨੀ ਔਖੀ ਹੈ। ਦੰਦਾਂ ਤੋਂ ਕਨਫਰਮ ਹੋ ਜਾਂਦਾ ਵੀ ਪਸ਼ੂ ਛੋਟੀ ਉਮਰ ਦਾ ਹੀ ਹੈ। ਜਿਹੜੀ ਖੀਰੀ ਹੈ ਹਜੇ ਇਹ ਖੀਰੀ ਹੈ ਅਤੇ ਇਹਨੇ ਗੱਬਣ ਹੋਣਾ ਤਾਂ ਦੋਂਦੀ ਹੋ ਸਕਦਾ ਕਰਮ ਵਾਲੀ ਸੂਪੇ। ਸੋ ਇਹ ਤੋਂ ਅੱਗੇ ਇੱਕ ਬਲੈਕ ਕਲਰ ਦੇ ਵਿੱਚ ਗਾਂ ਦੋਸਤੋ ਖੜੀ ਹੈ, ਵੱਛੀ ਖੜੀ ਹੈ, ਇਹਦੀ ਉਮਰ ਕਿੰਨੀ ਕੁ ਹੋਊਗੀ? ਇਹ ਵੀ ਦੰਦੋਂ ਖੀਰੀ ਹੈ ਜੀ। ਠੀਕ ਹੈ, ਰੇਟ ਇਹਦਾ ਕੀ ਰੱਖਦੇ? ਇਹਦਾ ਜੀ 13,000 ਤੋਰੀ। 13,000 ਰੇਟ ਹੈ ਅਤੇ ਇਹ ਵੀ ਦੰਦੋਂ ਖੀਰੀ ਹੈ, ਰੰਗ ਰੂਪ ਇਹਦਾ ਬਲੈਕ ਕਲਰ 'ਚ। 33,000 ਦੋਸਤੋ ਇਹ ਛੋਟੀਆਂ ਵੱਛੀਆਂ ਦਾ ਰੇਟ ਬਣਦਾ ਜੋੜੇ ਦਾ, ਜੇ ਕੋਈ ਵੀਰ ਪਸੰਦ ਕਰੇ ਤਾਂ ਸੰਭਾਲੋਂਗੇ। ਸਾਈਲੇਜ ਦੇ ਨਾਲ ਤਾਂ ਛੇਤੀ ਗੱਬਣ ਹੋ ਜਾਣਗੀਆਂ ਅਤੇ ਢਾਂਚੇ ਸੋਹਣੇ ਬਣਨਗੇ। ਇਹ ਵੀ ਵੱਛੀ ਥੋੜ੍ਹੀ ਸੰਭਾਲ ਇਹਦੀ ਘੱਟ ਹੋਈ ਵੀ ਆ, ਪਰ ਵੱਛੀ ਚੰਗੀ ਦਿਸਦੀ ਹੈ, ਬਰੀਕ ਚਮੜੀ ਦੀ ਹੈ। ਆ ਕੇ ਦੇਖ ਲਓ ਜੇ, ਥਣਾਂ ਦੀਆਂ ਅਤੇ ਦੰਦਾਂ ਦੀਆਂ ਫੋਟੋ ਮੰਗਾ ਲਿਆ ਕਰੋ ਜਦੋਂ ਤੁਸੀਂ ਵੱਛੀ ਖਰੀਦਦੇ ਹੋ। ਇੱਕ ਨਾਲ ਇੱਕ ਬੱਚਾ ਛੋਟੀ ਜਿਹੀ ਉਮਰ ਦਾ ਬਾਈ ਜੀ ਹੋਰਾਂ ਕੋਲ ਹੈਗਾ। ਗੁਰਜੀਤ ਬਾਈ ਇਹ ਕੀ ਰੇਟ ਕਰਦੇ ਹੋ? ਇਹਦਾ ਜੀ 2,500 ਰੁਪਇਆ ਰੇਟ ਹੈ। 2,500 ਅਤੇ ਜੇ ਕੋਈ ਇਹਨਾਂ 'ਚੋਂ ਦੋ ਖਰੀਦ ਲਏ ਦੇ ਨਾਲ ਦੇ ਦਿਓਗੇ? ਦੇ ਦਿਆਂਗੇ, ਸੰਭਾਲ ਵਾਸਤੇ ਹੈ ਨਾ। ਹਾਂਜੀ। ਸੋ ਦੱਸ, 2,500 ਰੁਪਇਆ ਰੇਟ ਹੈ ਜੇ ਕੋਈ ਵੀਰ ਪਸੰਦ ਕਰਦਾ। ਹਜੇ ਸੈਂਗੇ ਦੇ ਦਾਗਣ ਵਾਲੇ ਆ, ਉਮਰ ਛੋਟੀ 'ਚ ਪਰ ਸੰਭਾਲ ਘੱਟ ਹੋਈ ਵੀ ਹੈ। ਸੋ ਇਹ ਨਾਗ ਅੱਜ ਦੀ ਵੀਡੀਓ 'ਚ 4 ਸੀਗੇ ਵਿਕਰੀ ਵਾਲੇ। ਤੁਹਾਨੂੰ ਇਹਨਾਂ 'ਚੋਂ ਜਿਹੜੀ ਵੱਛੀ ਪਸੰਦ ਆਵੇ ਉਹਦੀ ਨਿਰਖ ਪਰਖ ਤੁਸੀਂ ਕਰਨੀ ਹੈ, ਤੁਹਾਡਾ ਕੰਮ, ਤੁਹਾਡੀ ਆਪਣੀ ਜ਼ਿੰਮੇਵਾਰੀ। ਵੀਡੀਓ 'ਚ ਤੁਹਾਨੂੰ ਹਰੇਕ ਪੱਖ ਤੋਂ ਪਸ਼ੂ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ। ਨਾਗ ਅੱਜ ਦੀ ਵੀਡੀਓ 'ਚ 4 ਹੀ ਸੀ। ਧੰਨਵਾਦ।